ਅਸਲਾਮ ਵਾਲੇਕਮ ਜੀ, ਕੀ ਹਾਲ ਚਾਲ ਹੈ ਸਾਰਿਆਂ ਦਾ? ਠੀਕ ਠਾਕ ਹੋ? ਅੱਜ ਬ੍ਰਾਡਿਕ ਦੇ ਨਾਲ ਤੁਹਾਡਾ ਭਰਾ ਕਿੰਗ ਮੈਕਸ 786 ਯੂਟਿਊਬ ਦੀ ID ਪੁਸਤਵਾਡਾਰ ਮੇਰਾ ਨਾਮ ਅੱਜ ਆ ਗਿਆ ਜੀ। ਗਰਮੀ ਬੜੀ ਸੀ, ਫਾਲਸੇ ਦਾ ਜੋ ਸ਼ਰਬਤ ਬਣਾਉਣ ਦੀ ਕੋਸ਼ਿਸ਼ ਕਰਾਂਗੇ ਅਸੀਂ। ਅੱਜ ਫਾਲਸਾ ਲੈਣਾ ਹੈ, ਇੱਕ ਬਲੈਂਡਰ ਲੈਣਾ ਹੈ ਭਾਈ ਜੀ। ਬਲੈਂਡਰ ਫੜੋ ਜੀ, ਬਲੈਂਡਰ ਫੜ ਕੇ ਤੇਰੇ ਪਾ ਦਿਓ ਜੀ ਫਾਲਸਾ। ਫਾਲਸਾ ਪਾ ਦਿਓ ਕੋਈ ਪਾਈਆ ਅੱਧਾ ਕਿਲੋ ਫਾਲਸਾ, ਮਿੱਠਾ ਮਿੱਠਾ ਫਾਲਸਾ ਪਾ ਤਾ ਜੀ ਵਿੱਚ ਵਿੱਚ ਥੋੜ੍ਹਾ ਜਿਹਾ ਸਬਜ਼ ਸਬਜ਼, ਪਤਾ ਕੀ ਜੀ ਇਹ ਸਬਜ਼ ਸਬਜ਼ ਗਾਰਨਿਸ਼ ਕੀਤਾ ਹੋਇਆ ਕਿ ਉਹ ਕਹਿੰਦੇ ਨੇ ਪੂਜਣਾ ਜੀ। ਅਸੀਂ ਪਾਣੀ ਹਸਬੇ ਜ਼ਾਇਕਾ, ਇਹ ਚੀਨੀ 2 ਚਮਚੇ ਪਾ ਲਓ, 3 ਚਮਚੇ ਪਾ ਲਓ, ਠੰਡੀ ਪਾਣੀ ਪਾ ਲਓ ਵਿੱਚ, ਪਾਓ ਸੁੱਟੋ ਜੀ ਬਰਫ਼। ਹਾਏ 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 ਹਾਏ, ਠੰਡੀ ਚਿਲ ਬਰਫ਼, ਗਰਮੀ ਬਹੁਤ ਹੈ, ਗਰਮੀ ਦਾ ਤੋੜ ਬਰਫ਼ ਵਿੱਚ। ਇਹ 7-Up ਨਹੀਂ ਹੈ, ਪਾਣੀ ਹੈ, ਇਹ 1 ਲੀਟਰ ਪਾਣੀ ਦੀ ਬੋਤਲ ਅਸੀਂ ਸੁੱਟ ਰਹੇ ਹਾਂ ਇਹਦੇ ਵਿੱਚ। ਅਤੇ ਪਾਣੀ ਪੈ ਰਿਹਾ, ਫਾਲਸਾ ਡੁੱਬ ਰਿਹਾ। ਉਹਦੇ ਬਾਅਦ ਹੁਣ ਅਸੀਂ ਬਲੈਂਡਰ ਦਾ ਉੱਤੇ ਸੁੱਟਣਾ ਜੀ ਥੋੜ੍ਹਾ ਥੋੜ੍ਹਾ ਜਿਹਾ ਨਮਕ ਮਸਾਲਾ, ਉਹ ਤਾਂ ਟੇਸਟ ਜਿਹੜਾ ਅੱਛੀ ਤਰ੍ਹਾਂ ਸ਼ੇਕਿਟ ਸ਼ੇਕਿਟ ਉਹਦੇ ਉੱਤੇ ਢੱਕਣਾ ਰੱਖੋ, ਇਹਨੂੰ ਬਲੈਂਡਰ ਨੂੰ ਕਰੋ, ਬਲੈਂਡਰ ਥੱਲੇ ਬਟਨ ਦਬਾ ਦਿਓ, ਇਹਨੂੰ ਘੁਮਾ ਦਿਓ, ਇਹਨੂੰ ਚੰਗੀ ਤਰ੍ਹਾਂ ਤੁਸੀਂ ਘੁਮਾਉਣਾ ਹੈ ਤਾਂ ਕਿ ਇਹਦੇ ਬੀਜ ਬੂਜ ਸਾਰੇ ਪਿਘਲ ਫੋਲ ਜਾਣ, ਸਾਰੇ ਚਿਮੜ ਜਾਣ ਅਤੇ ਜ਼ਾਇਕਾ ਬਣ ਜਾਏ ਅਤੇ ਮਿਕਸ ਹੋ ਜਾਏ ਸਭ ਕੁਛ। ਇਹ ਬਲੈਂਡਰ ਦੀ ਬੈਗ ਪਿੱਛੋਂ ਆਵਾਜ਼ ਜਿਹੜੀ ਆਉਣ ਡਈ, ਅਸੀਂ ਸਾਈਡ ਇਫੈਕਟ ਦੇ ਰਹੇ ਹਾਂ। ਅੱਛਾ ਜੀ, ਇਹ ਘੁੰਮ ਜਾ ਰਿਹਾ, ਘੁੰਮ ਜਾ ਰਿਹਾ, ਘੁੰਮ ਜਾ ਰਿਹਾ, ਇਹ ਹੁਣ ਚੰਗੀ ਤਰ੍ਹਾਂ ਇਹਨੇ ਘੁੰਮ ਜਾਣਾ ਜੀ। ਅਤੇ ਗਰਮੀ ਬੜੀ ਹੈ, ਜਿੰਨੇ ਤੱਕ ਘੁੰਮ ਰਿਹਾ ਉਹਨਾਂ ਕਹਿ ਦਈਏ ਜੀ ਆਪਣੇ ਬੱਚਿਆਂ ਨੂੰ ਇਨਡੋਰ ਰੱਖੋ, ਉਹਨਾਂ ਨੂੰ ਐਕਟੀਵਿਟੀ ਇਨਡੋਰ ਕਰਾਓ ਅਤੇ ਸਵਿਮਿੰਗ ਪੂਲ ਲੱਭੋ ਅਤੇ ਉਹਦੇ ਬੱਚੇ ਨੂੰ ਆਓ। ਆਏ ਹਾਏ, ਚਲੋ ਕਹਿੰਦੀ ਹੋਣੀ, ਲਓ ਜੀ ਮਾਸ਼ਾਅੱਲਾ ਮਾਸ਼ਾਅੱਲਾ, ਤੁਹਾਡੇ ਸ਼ਰਬਤ ਤਿਆਰ ਹੈ, ਹੁਣ ਪਾਣੀ ਫੜੋ। ਹੋਣੀ ਕਹਿੰਦੇ ਨੇ ਜੀ ਜਾਂ ਜੋ ਵੀ ਛਾਬਾ ਕਹਿੰਦੇ ਨੇ ਇਹਦੇ ਪੁੰਨਣ ਵਾਸਤੇ ਇਹਨੂੰ ਖੁੱਲੋ ਵਿੱਚ, ਤਾਂ ਕਿ ਸੀਡ ਵਗੈਰਾ ਤੁਹਾਡੇ ਮੰਮੀ ਡੈਡੀ ਬੱਚੇ ਪੀਣ ਅਤੇ ਉਹਨਾਂ ਦੇ ਮੂੰਹ 'ਚ ਨਾ ਆਏ। ਆਏ ਹਾਏ ਹਾਏ, ਇਸ ਕੋ ਚਮਚੇ ਕੇ ਸਾਹਿਬ ਇਸ ਤਰ੍ਹਾਂ ਸੇ ਮੂਵ ਕਰੇ, ਸੱਜੇ ਖੱਬੇ ਚਮਚੇ ਕੋ ਘੁਮਾਏ, ਘੁਮਾਤੇ ਜਾਏ, ਘੁਮਾਤੇ ਜਾਏ, ਘੁਮਾਤੇ ਜਾਓ, ਘੁਮਾਤੇ ਜਾਓ, ਆਪਣਾ ਸਾਬਤ ਕਰੋ ਹੈ ਨਹੀਂ ਨਹੀਂ, ਘੁਮਾਓ 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 ਘੁਮਾਓ, ਚੰਗੀ ਤਰ੍ਹਾਂ ਚਮਚਾ ਘੁਮਾਓ, ਇਸ ਤਰ੍ਹਾਂ ਚਮਚਾ ਘੁਮਾਓ ਕਿ ਸਾਰੇ ਸੀਡ ਉੱਤੇ ਰਹਿ ਜਾਣ ਅਤੇ ਪਾਣੀ ਸਾਰਾ ਥੱਲੇ ਹਾ ਹਾ ਵਗ ਪੁੱਜਿਆ ਸੀਡ ਦੇ ਜਨਾਬ। ਇਹ ਸੀਡ ਦੀ ਕੁਛ ਹੋਰ ਨਾ ਸਮਝਣਾ, ਸੀਡ ਅਸੀਂ ਕੱਢਦੇ ਸੀ, ਇਹਨੂੰ ਚੰਗੀ ਤਰ੍ਹਾਂ ਫਿਰ ਪਾਣੀ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਸ ਤਰ੍ਹਾਂ ਕਿ ਅਸੀਂ ਪਾਣੀ ਕੱਢਦੇ ਹਾਂ ਗਰੀਬਾਂ ਦਾ। ਸੋ ਜੀ ਇਹ ਸ਼ਰਬਤ ਸਾਡਾ ਹੋ ਗਿਆ ਜੀ ਤਿਆਰ, ਦਿੱਤਾ ਠਾਰ, ਅਖੀਰ ਹੋ ਗਏ ਜੀ ਅਖੀਰ। ਹੁਣ ਅਸੀਂ ਇਹਦੀ ਕਰਾਂਗੇ ਜੀ ਗਾਰਨਿਸ਼ਿੰਗ ਕਰਾਂਗੇ ਥੋੜ੍ਹਾ ਜਿਹਾ ਉੱਤੇ ਗਾਰਨਿਸ਼ਿੰਗ ਤੁਸੀਂ ਮਤਲਬ ਪਾ ਕੇ ਐਕਸਟਰਾ, ਅਤੇ ਸਾਡਾ ਹੋ ਗਿਆ ਸ਼ਰਬਤ ਤਿਆਰ। ਅਤੇ ਇਹ ਜੇ ਹੀਟ ਕਿਲਰ ਗਰਮੀ ਮਾਰ ਬੁੱਕ ਮੁਕਾਓ ਅਤੇ ਦੁਆ ਯਾਦ ਰੱਖੋ। ਇੱਕ ਡਿਫਰੈਂਟ ਤਰੀਕੇ ਦੇ ਨਾਲ ਅੱਜ ਬਲੌਗ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਪਸੰਦ ਆਏ ਲਾਈਕ ਕਰੋ, ਸਬਸਕ੍ਰਾਈਬ ਕਰੋ, ਨਾ ਵੀ ਆਏ ਫਿਰ ਵੀ ਲਾਈਕ ਕਰੋ, ਸਬਸਕ੍ਰਾਈਬ ਕਰੋ। ਮੈਂ ਤੁਹਾਡਾ ਭਰਾ ਪੁਸ਼ਪਾਡਾਲ, ਕਿੰਗ ਮੈਕਸ 786 ਯੂਟਿਊਬ ਦੀ ID, 3000 ਵਿਊ ਹੋਣ ਦੇ ਸਬਸਕ੍ਰਾਈਬਰ ਹੋਣ 'ਤੇ ਥੋੜ੍ਹਾ ਜਿਹਾ ਟਾਈਮ ਹੈ, ਜ਼ਰਾ ਕਰ ਦਿਓ।